ਡਰਾਮੇ ਕਰਨ ਲੱਗ ਪਏ ਸਾਰੇ। ਉਹ ਮੈਨੂੰ ਫੋਨ ਤੇ ਕਹਿੰਦੇ ਸਵੇਰੇ 11-12 ਵਜੇ ਗੱਡੀ ਆ ਜਾਏਗੀ ਭਾਈ ਤੂੰ ਲੱਦ ਕੇ ਤੇ ਲੈ ਬੋਲਾਈ ਲੱਗੇ ਆ ਭਾਈ ਫੋਨ ਦਾ ਚੁੱਪ ਕਰ ਭਾਈ ਸੁਣ ਹੋ ਗਿਆ ਫਿਰ ਮੈਂ ਕਹਿੰਦਾ ਕਾਸਮ ਨੂੰ ਫੋਨ ਸਪੀਕਰ ਵੱਡਾ ਦੌੜ ਲੱਗੀ ਸੀ ਫਿੰਨੀ ਦੀ ਤੇ ਛਾਲੋ ਦੀ। ਅੱਲਾ ਦੀ ਮਿਹਰਬਾਨੀ ਨਾਲ ਅੱਲਾ ਦੇ ਹੁਕਮ ਨਾਲ ਇਤਫਾਕ ਨਾਲ ਸਾਰਿਆਂ ਭਰਾਵਾਂ ਨੇ ਬਹਿ ਕੇ ਸੁਲਾਹ ਕਰਾ ਦਿੱਤੀ ਹੈ। ਜੱਫੀਆਂ ਪੈ ਗਈਆਂ ਨੇ, ਨਾ ਕੁਝ ਲੈਣ ਹੋਇਆ ਨਾ ਕੁਝ ਦੇਣ ਹੋਇਆ। ਦਵਾਂ ਮੱਲਾਂ ਨੇ ਖਿਡਾਰੀਆਂ ਵਾਲਾ ਕੰਮ ਕੀਤਾ ਤੇ ਸ਼ਕੀਨਾਂ ਵਾਲਾ ਕੰਮ ਕੀਤਾ। ਉਸਤਾਦ ਫਿੰਨੀ ਨੇ ਛਾਲੋ ਨੂੰ ਮੁਬਾਰਕਬਾਦ ਲਲ ਕਰਕੇ ਦਿੱਤੀ ਹੈ, ਤੈਨੂੰ ਮੁਬਾਰਕ ਵੇ ਤੇ ਬੇਲੋਸ ਛਾਲੋ ਨੇ ਸੁਲਾਹ ਕਰ ਲਈ ਹੈ ਤੇ ਸ਼ੌਂਕ ਇਹਨੂੰ ਆਉਂਦੇ ਨੇ। ਇੰਜ ਸ਼ੌਂਕ ਕਰਿਆ ਕਰੋ ਯਾਰ, ਬਾਤ ਘਾਟ ਗੱਲਾਂ ਤੂੰ ਵਸਾਦ ਪੈਂਦੇ ਨੇ ਤੇ ਮਿਹਰਬਾਨੀ ਤੁਹਾਡੀ ਦਵਾਂ ਮੱਲਾਂ ਦੀ ਵੀ ਤੁਸੀਂ ਹੱਸ ਖੇਡ ਕੇ ਸ਼ੌਂਕ ਨੂੰ ਮੁਕੰਮਲ ਕੀਤਾ। ਓਕੇ ਕਰੋ ਭਾਈ, ਜਿੰਦਾਬਾਦ। ਫਿਲਮ ਦੇ ਹੀਰੋ ਨੇ।